किसान वीरों ਦੇ ਪੈਨੋ ਜੈ ਹੈ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਉਹ ਮਿਠਾ ਸਿੰਘ ਜੀ ਹੈਗੇ ਹਾਂ ਉਹ ਬੱਲੇ 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 ਜੈ ਜੀ ਮਿਠਾ ਸਿੰਘ ਜੀ ਡਾਕਟਰ ਸਾਹਿਬ ਲਿਆਉਂਦੇ ਨਾਲ ਵਾਹ 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 ਡਾਕਟਰ ਸਾਹਿਬ ਜੈ ਜੀ ਬੈਠੋ ਜੀ ਆਇਆਂ ਨੂੰ ਬੈਠੋ ਡਾਕਟਰ ਸਾਹਿਬ ਬੈਠੋ 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 ਜੀ ਬੈਠੋ ਵਾਹ ਜੀ ਮੈਡਮ ਮੈਮੀ ਆ ਬਿਲਕੁਲ ਜੀ ਮਹਾਰਾਜ ਗੋਲੀ ਕਿਦੀ ਤੇ ਗਹਿਣੇ ਕਿਦੇ ਇਹ ਕੋਈ ਪੁੱਛਣ ਵਾਲੀ ਗੱਲ ਹੈ ਤੁਹਾਡਾ ਆਪਣਾ ਵੇੜ ਆ ਡਾਕਟਰ ਸਾਹਿਬ ਨੂੰ ਤੁਸੀਂ ਨਾਲ ਲੈ ਆ ਹਾਂ ਬਿਲਕੁਲ ਬਿਲਕੁਲ ਹੋਰ ਸੁਣਾਓ ਖੋਰ ਵਧੀਆ ਵਧੀਆ ਤੁਸੀਂ ਡਾਕਟਰ ਸਾਹਿਬ ਠੀਕ ਠਾਕ ਬਹੁਤ ਵਧੀਆ ਕਰ ਗਿਆ ਜਨ ਰਾਜੀ ਭਾਜੀ ਸਾਹਿਬ ਰਾਜੀ ਜੀ ਕਿਰਪਾ ਕਿਰਪਾਈ ਚਾਹੀਦੀ ਆ ਦੇਖੋ ਤੇipal ਜੀ ਬੰਦਾ ਕਰੇ ਮਿਹਨਤ ਤੇ ਉਪਰ ਵਾਲੇ ਦੀ ਚਾਹੀਦੀ ਕਿਰਪਾ ਉਹਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਆ ਬੰਦਾ ਨਹੀਂ ਜਾਣਦਾ ਕਿੱਥੇ ਨਾ ਜੀ ਨਾ ਹੈਨਾ ਬਿਲਕੁਲ ਸਹੀ ਗੱਲ ਆ ਹਾਂ ਜੇ ਉਹਦੀ ਨਜ਼ਰ ਸਵੱਲੀ ਆ ਨਾ ਫੇਰ ਸਾਰਾ ਕੁਝ ਵਧੀਆ ਚੱਲਦਾ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਨੂੰ ਜਾਣਦੇ ਹੋ ਨਾ ਮੈਂ ਜਾਣਦਾ ਚੰਗੀ ਤਰ੍ਹਾਂ ਕਿ ਹੈਨਾ ਡਾਕਟਰ ਗੁਰਦੀਪ ਸਿੰਘ ਹੈਨਾ ਇਹ ਆਪਣਾ ਖੇਤੀਬਾੜੀ ਅਫਸਰ ਹੂੰ ਇਹ ਸਾਡਾ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਆ ਉਹਦੇ ਚ ਤੇ ਕਪੂਰਥਲਾ ਆ ਰਿਆਸਤੀ ਸ਼ਹਿਰ ਆ ਮਹਿਲਾਂ ਦਾ ਸ਼ਹਿਰ ਉੱਥੇ ਆਪਣੀਆਂ ਸੇਵਾਵਾਂ ਨੇ ਪਾ ਹਾਂ ਕਹਿੰਦੇ ਆ ਬਾਗ ਵੀ ਬੜੇ ਉੱਥੇ ਬਾਗ ਵੀ ਆ ਮਹਿਲਿਆ ਸਿਟੀ ਆਫ ਪੈਲੇਸਿਸ ਆ ਬਿਲਕੁਲ 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 ਬੜੀ ਤਗੜੀ ਰਿਆਸਤ ਆ ਡਾਕਟਰ ਸਾਹਿਬ ਤੋਂ ਜਾਣਕਾਰੀ ਲਵਾਂਗੇ ਅੱਜ ਪੂਰੀ 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 ਤੁਸੀਂ ਕੀ ਗੱਲ ਆ ਜੀ ਆਪਣਾ ਤੇਜਪਾਲ ਜੀ ਉਹ ਸਵੇਰੇ ਮੈਂ ਦੇਖਿਆ ਕੋਈ ਉਹ ਨੌਜਵਾਨ ਸਭਾ ਚ ਇਕੱਠੇ ਹੋਈ ਸੀ ਮੁੰਡੇ ਉੱਥੇ ਜਾਂਦੇ ਪਏ ਸੀ ਉਹ ਫੇਰ ਜਾਣਾ ਪੈਂਦਾ ਕਈ ਵਾਰੀ ਕੀ ਹੋਇਆ ਉਹੀ ਹੋਇਆ ਜੋ ਪਿਛਲੇ ਸਾਲ ਹੋਇਆ ਸੀ ਅੱਛਾ ਉਹ ਆਪਾਂ ਕਿੰਦੇ ਹੋਣਾ ਦੇ ਓਹੋ ਪਿਆਰੇ ਦਾ ਮੁੰਡਾ ਹਾਂ ਹਾਂ ਕਹਿ ਨਾ ਖੈਪੜ ਪਿਆ ਅੱਛਾ ਫੇਰ ਕੀ ਫੇਰ ਹੁਣ ਉੱਥੇ ਬਿਠਾ ਕੇ ਸਮਝਾਇਆ ਉਹਨੂੰ ਨੌਜਵਾਨਾਂ ਨੇ ਉਹਨੂੰ ਬੜੀ ਭਾਈ ਪਿੰਡ ਦੇ ਵਿੱਚ ਰਹਿੰਦੇ ਆ ਨਾਲ ਨਾਲ ਘਰ ਆ ਕੋਈ ਅਕਲ ਨੂੰ ਹੱਥ ਮਾਰੋ ਹਾਂ ਆ ਵੀ ਉਹ ਗੱਲ ਕਰਨੀ ਸੀ ਉਹ ਫੇਰ ਸਵੇਰੇ ਕੀਤੀ ਉਹਨਾਂ ਨੇ ਕਰਨੀ ਚਾਹੀਦੀ ਆ ਉਹਨੂੰ ਬੜੀ ਆਰੀ ਸਮਝਾਇਆ ਡਾਕਟਰ ਸਾਡੇ ਹੈ ਜੀ 2-4 ਬੰਦੇ ਹੁੰਦੇ ਆ ਸਾਰੀਆਂ ਥਾਵਾਂ 'ਤੇ ਉਹਨਾਂ ਨੂੰ ਬਹੁਤ ਸਮਝਾਈਦਾ ਭਾਈ ਗੱਲ ਸੁਣੋ ਵੀ ਤੁਹਾਨੂੰ ਜੇ ਕੋਈ ਸਮੱਸਿਆ ਹੈ ਸਾਰੇ ਇਕੱਠੇ ਹੋ ਕੇ ਤੁਰੋ ਬਿਲਕੁਲ ਹੈ ਨਾ ਕੱਲੇ ਲੜਾਈ ਕਰੀ ਜਾਂਦੇ ਆ ਤੁਸੀਂ ਫਲਾਣੇ ਨਾਲ ਲੜ ਪਏ ਫਲਾਣੇ ਨੂੰ ਲੜ ਪਏ ਉਹ ਵੀ ਅੱਗੋਂ ਲੜਨਗੇ ਹਾਂ ਬਿਲਕੁਲ ਜੇ ਇਹੋ ਹੀ ਗੱਲ ਤੁਸੀਂ ਸਾਂਝ ਪਾ ਕੇ ਸਾਰੇ ਰਲ ਕੇ ਕਰਾਂਗੇ ਸਾਰੇ ਰਲ ਕੇ ਉਹਨਾਂ ਨੂੰ ਜਾ ਕੇ ਸਮਝਾਵਾਂਗੇ ਤੇ ਕਿਉਂ ਨਹੀਂ ਉਹ ਗੱਲ ਸਮਝਣਗੇ ਅਸਲ ਚ ਡਾਕਟਰ ਸਾਹਿਬ ਜਿਹੜੀ ਗੱਲ ਆ ਨਾ ਜਿਹੜਾ ਸਾਂਝ ਟੁੱਟਣ ਦਾ ਮੇਨ ਕਾਰਨ ਹੁੰਦਾ ਨਾ ਅਸਲ ਕਾਰਨ ਜੀ ਉਹ ਹੁੰਦਾ ਬੰਦੇ ਨੂੰ ਲੱਗਦਾ ਵੀ ਮੈਂ ਠੀਕ ਹਾਂ ਉਹ ਕਹਿੰਦੇ ਹੁੰਦੇ ਆ ਨਾ ਬਗਾਨਾ ਪੈਸਾ ਤੇ ਆਪਣੀ ਅਕਲ ਬੰਦੇ ਨੂੰ ਬਹੁਤ ਵੱਡੀ ਲੱਗਦੀ ਹੈ ਬਹੁਤ 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 ਜੋ ਜੜੀ ਵੱਡੀ ਅਕਲ ਆ ਨਾ ਸਾਨੂੰ ਉਹ ਨਹੀਂ ਟਿਕਣ ਦੇ ਨਹੀਂ ਟਿਕਣ ਨਹੀਂ ਸਾਨੂੰ ਲੱਗਦਾ ਭਾਈ ਮੈਂ ਠੀਕ ਸੋਚਦਾ ਹਾਂ ਬਾਕੀਆਂ ਤੇ ਸੋਚ ਸਕਦੇ ਹੀ ਨਹੀਂ ਮੇਰੇ ਵਾਂਗ ਉਹ ਮੈਂ ਉਹਨੂੰ ਬੜੀ ਆਰੀ ਸਮਝਾਇਆ ਉਹਨੂੰ ਮੈਂ ਕਿਹਾ ਤੇਰੇ ਬਾਪ ਦਾ ਨਾਮ ਪਿਆਰਾ ਸੀ ਉਹ ਆ ਉਹ ਸਾਰਿਆਂ ਨੂੰ ਇੰਨਾ ਪਿਆਰ ਕਰਦਾ ਸੀ ਤੂੰ ਅਗੋਂ ਲੜਨ ਨੂੰ ਫਿਰਦਾ ਜੇ ਨੋ ਇਹਦਾ ਨਾਂ ਵੀ ਰੱਖਤਾ ਸੀ ਮੁੰਡਿਆਂ ਨੇ ਖਲਾਰਾ ਸਿੰਘ ਕਹਿੰਦਾ ਬੰਦੇ ਖਲਾਰਨ ਨੂੰ ਹੀ ਤਿਆਰ ਰਹਿੰਦਾ ਵੇ ਦੋ ਬੰਦੇ ਇਕੱਠੇ ਹੁੰਦੇ ਆ ਉਹਨਾਂ 'ਚ ਲੜਾਈ ਪਾ ਕੇ ਆ ਜੂ ਮੈਨੂੰ ਅਗੋਂ ਤਾਂ ਕੀ ਆਂਦਾ ਹੈ ਤੇਜਪਾਲ ਜੀ ਮੈਨੂੰ ਆਂਦਾ ਤਾਇਆ ਜੀ ਤੁਸੀਂ ਐਵੇਂ ਹੀ ਸਾਨੂੰ ਇੰਦਾ ਸਮਝਾਉਂਦੇ ਰਹਿੰਨੇ ਹੋ ਦੇਖੋ ਪੰਜੇ ਉਂਗਰਾਂ ਵੀ ਕਦੇ ਬਰਾਬਰ ਹੋਈਆਂ ਆਹ ਹੈ ਹਾਂ ਉਹ ਮੈਂ ਕਿਹਾ ਗੱਲ ਸੁਣ ਮੇਰੀ ਪੰਜੋ ਗਰਾ ਬਰਾਬਰ ਕਿਉਂ ਨਹੀਂ ਹੁੰਦੀਆਂ ਇਹ ਦੱਸ ਮੈਨੂੰ ਮੈਂ ਕਿਹਾ ਕਿੰਨੀਆਂ ਉਂਗਲਾਂ ਆਹ ਕਹਿੰਦਾ ਪੰਜ ਹੂੰ ਤੇ ਮੈਂ ਕਿਹਾ ਫੇਰ ਇੰਦਾ ਦੱਸੋ ਕਿਥੇ ਬਰਾਬਰ ਆ ਹੂੰ ਮੈਨੂੰ ਕਹਿੰਦਾ ਦੱਸੋ ਆਹ ਮੈਂ ਕਿਹਾ ਦੱਸਾਂ ਕਿਵੇਂ ਬਰਾਬਰ ਆ ਇਹ ਆ ਦੇ ਆ ਲਓ ਹੋ ਗਈਆਂ ਨਾ ਬਰਾਬਰ ਆ ਗਿਆ ਮੈਂ ਕਿਹਾ ਹੋ ਗਈਆਂ ਨਾ ਪੰਜੇ ਬਰਾਬਰ ਆਹ ਨਾਲ ਇੱਕ ਸੁੰਨ ਬਣ ਗਿਆ ਆ ਇੱਕਸਾਰ ਹੋ ਗਈਆਂ ਨਾ ਨਾਲੇ ਇਹਦੇ ਚ ਤਾਕਤ ਵੇਖੀ ਕਿੰਨੀ ਆ ਬਿਲਕੁਲ ਇਹ ਜਿਹੜੇ ਪੁਰਾਣੇ ਬਜ਼ੁਰਗ ਸਾਨੂੰ ਜਿਹੜੇ ਕਹਿ ਗਏ ਆ ਨਾ ਵੀ ਏਕਤਾ ਚ ਬਾਲਿਆ ਇਕੱਠੇ ਰਹਿਣ ਚ ਸ਼ਕਤੀ ਹੁੰਦੀ ਆ ਇਹ ਐਵੇਂ ਨਹੀਂ ਕਹਿ ਗਏ ਇਹਨਾਂ ਨੇ ਨਿਚੋੜ ਕੱਢੇ ਹੋਏ ਆ ਇਹ ਜੇ ਇਦਾਂ ਖੋਲਦੇ ਆਂਗੇ ਤੇ ਫੇਰ ਇਹ ਵੱਖ-ਵੱਖ ਆ ਜੇ ਇਹਨੂੰ ਇਦਾਂ ਮੁਠੀ ਬਣਾ ਲਾਂਗੇ ਤੇ ਇਹਦੇ ਚ ਬਹੁਤ ਜ਼ਿਆਦਾ ਸ਼ਕਤੀ ਹੋ ਜਾਂਦੀ ਹੈ ਬਿਲਕੁਲ ਨਾਲੇ ਉਤਾਂ ਵੀ ਡਾਕਟਰ ਸਾਹਿਬ ਜਦੋਂ ਆਪਾਂ ਕੋਈ ਕੰਮ ਕਰਦੇ ਆਂ ਹੂੰ ਜੀ ਆਪਾਂ 4-5 ਬੰਦੇ ਰਲ ਕੇ ਉਹ ਕੰਮ ਕਰਦੇ ਆ ਕਿਸੇ ਨੂੰ ਕੁਝ ਕਹਿਣਾ ਸੁਣਨਾ ਪੈਂਦਾ ਪਿੰਡ ਬਾਰੇ ਕੋਈ ਗੱਲ ਕਰਨੀ ਆ ਤੇ ਚਾਰ ਪਰਾ ਇਕੱਠੇ ਹੋ ਕੇ ਜਾਣੇ ਚੰਗਾ ਨਹੀਂ ਲੱਗਦਾ ਬਿਲਕੁਲ ਅਗਲੇ ਨੂੰ ਵੀ ਲੱਗਦਾ ਵੀ ਪਿੰਡ ਵਾਲੇ ਸਾਰੇ ਇਕੱਠੇ ਆਏ ਹੁਣ ਕੰਮ ਹੋਣਾ ਚਾਹੀਦਾ ਬਿਲਕੁਲ ਇੱਕ ਗੱਲ ਹੁੰਦੀ ਆ ਜੀ ਕਿ ਸੁਭਾ ਸਾਰਿਆਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਆ ਜਦੋਂ ਤੁਸੀਂ ਇਦਾਂ ਕਿਸੇ ਨਾਲ ਗੱਲ ਕਰ ਜਾਨੇ ਅਗਲੇ ਨੂੰ ਪਤਾ ਹੁੰਦਾ ਵੀ ਇਹ ਲੜਨ ਆਇਆ ਬਿਲਕੁਲ ਹਾਂ ਵੀ ਇਹ ਨਾਲ ਪਿਆਰ ਨਾਲ ਗੱਲ ਕਰਿੰਦਾ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਇਸ ਕਰਕੇ ਅੱਗੋਂ ਉਹ ਵੀ ਤਿਆਰ ਹੁੰਦੇ ਆ ਤੇ ਜੇ ਚਾਰ ਬੰਦੇ ਨਾਲ ਸ਼ਾਂਤ ਸੁਭਾਅ ਦੇ ਰੱਖੇ ਹੋਣਗੇ ਫਿਰ ਅਗਲੇ ਬੰਦਿਆਂ ਨੂੰ ਵੀ ਹੁੰਦਾ ਵੀ ਇਹ ਬੰਦੇ ਗੱਲ ਕਰਨ ਗੱਲ ਕਰਨ ਆਏ ਆ ਬਿਲਕੁਲ ਸਹੀ ਗੱਲ ਇਥੇ ਲਈ ਐਵੇਂ ਨਹੀਂ ਸਿਆਣੇ ਕਹਿੰਦੇ ਵੀ ਇਕੱਠੇ ਰਹੋਗੇ ਤੇ ਉਹਦੇ ਚ ਹੀ ਫਾਇਦਾ ਆ ਇਕੱਲੇ ਇਕੱਲੇ ਰਹੋਗੇ ਤੇ ਖਿੰਡ ਜਾਓ ਬਿਲਕੁਲ ਜੀ ਬਿਲਕੁਲ ਹੈਨਾ ਲਓ ਜੀ ਤੇਜਪਾਲ ਜੀ ਭਾਅ ਆਇਆ ਮੰਡੀਆਂ ਤੇ ਬਾਏ ਭਾਅ ਨਾਲ ਹੀ ਸਾਨੂੰ ਭਾਅ ਆ ਜੀ ਭਾਅ ਸੁਣਾਓ ਹੈ ਹੀ ਭਾਅ ਇੰਨਾ ਨਾਲ ਲਓ ਜੀ ਫਿਰ ਮੰਡੀਆਂ ਦੇ ਪਾ ਜਿਸ ਤਰ੍ਹਾਂ ਆ ਬਈ ਆਲੂ ਜਿਹੜਾ ਜਲੰਧਰ ਵੀ ਕਿਹਾ 450 ਰੁਪਏ ਕਿਵਿੰਟਲ ਜੀ ਲੁਧਿਆਣਾ 850 ਰੁਪਏ ਬਰਨਾਲਾ 900 ਰੁਪਏ ਫਾਜ਼ਿਲਕਾ 800 ਰੁਪਏ ਅੰਮ੍ਰਿਤਸਰ 600 ਰੁਪਏ ਤੇ ਫਿਰੋਹੀਪੁਰ 1250 ਪਹਾ ਮਿਲਿਆ ਜੀ ਆਲੂ ਆ ਦਾ ਠੀਕ ਆ ਜੀ ਪਿਆਜ਼ ਅੱਜ ਵਿਕਿਆ ਜੀ ਜਲੰਧਰ 700 ਰੁਪਏ ਕਿਵਿੰਟਲ ਲੁਧਿਆਣਾ 1050 ਰੁਪਏ ਬਰਨਾਲਾ 850 ਫਾਜ਼ਿਲਕਾ 1000 ਰੁਪਏ ਅੰਮ੍ਰਿਤਸਰ 700 ਰੁਪਏ ਤੇ ਫਿਰੋਹੀਪੁਰ 1150 ਰੁਪਏ ਅੱਛਾ ਟਮਾਟਰ ਅੱਜ ਵਿਕਿਆ ਜੀ ਜਲੰਧਰ 700 ਰੁਪਏ ਲੁਧਿਆਣਾ 2350 ਰੁਪਏ ਭਾਅ ਮਿਲਿਆ ਜੀ ਬਹੁਤ ਵਧੀਆ ਆ ਬਰਨਾਲਾ 1500 ਫਾਜ਼ਿਲਕਾ 1000 ਰੁਪਏ ਅੰਮ੍ਰਿਤਸਰ 2000 ਰੁਪਏ ਕਿਲੋਟ ਟਮਾਟਰ ਵਿਕਿਆ ਤੇ ਫਿਰੋਜ਼ਪੁਰ 2200 ਰੁਪਏ ਟਮਾਟਰ ਠੀਕ ਆ ਜੀ ਠੀਕ ਆ ਬੈਂਗਣ ਅੱਜ ਵਿਕਿਆ ਜੀ ਜਲੰਧਰ 450 ਰੁਪਏ ਲੁਧਿਆਣਾ 600 ਰੁਪਏ ਬਰਨਾਲਾ 1250 ਰੁਪਏ ਜੀ ਫਾਜ਼ਿਲਕਾ 800 ਰੁਪਏ ਅੰਮ੍ਰਿਤਸਰ 1300 ਰੁਪਏ ਤੇ ਫਿਰੋਜ਼ਪੁਰ ਚੱਕਿਆ ਜੀ ਭਾ ਪੂਰਾ ਅਜਾ 3100 ਰੁਪਏ ਵਾਹ ਬਹੁਤ ਵਧੀਆ ਤੇ ਕੀ ਆ ਵੀ ਕਿਹਾ ਜੀ ਅੱਜ ਜਲੰਧਰ 300 ਰੁਪਏ ਲੁਧਿਆਣਾ ਆਪਣਾ 250 ਰੁਪਏ ਬਰਨਾਲਾ 750 ਰੁਪਏ ਫਾਜ਼ਿਲਕਾ 500 ਰੁਪਏ ਅੰਮ੍ਰਿਤਸਰ 400 ਰੁਪਏ ਤੇ ਫਿਰੋਜ਼ਪੁਰ 900 ਤੇ 50 ਕੀ ਆ ਆ ਚਲੋ ਇਹ ਤੇ ਸੀ ਜੀ ਮੰਡੀਆਂ ਦੇ ਭਾ ਬਿਲਕੁਲ ਜੀ ਹੋ ਨਾ ਜੀ ਇਹ ਡਾਕਟਰ ਸਾਹਿਬ ਬਿਲਕੁਲ ਆਈਏ ਜੀ ਬਿਲਕੁਲ ਡਾਕਟਰ ਸਾਹਿਬ ਨਾਲ ਜਿਹੜੀ ਗੱਲ ਕਰਨੀ ਨਾ ਅੱਜ ਅਸੀਂ ਬੜਾ ਭਖਦਾ ਮੁੱਦਾ ਹੈ ਸਾਡਾ ਬਿਲਕੁਲ ਹੈ ਸਾਡੀ ਪਵਿੱਖ ਨਾਲ ਜੁੜਿਆ ਜੀ ਸਾਰਿਆਂ ਦੇ ਪਵਿੱਖ ਨਾਲ ਜੁੜਿਆ ਉਹ ਇਹ ਆ ਵਿੱਚ ਝੋਨੇ ਤੇ ਬਾਸਮਤੀ ਦੀ ਬਜਾਈ ਚ ਪਾਣੀ ਦੀ ਬਚਤ ਬਿਲਕੁਲ ਸਹੀ ਇਹ ਸਾਡਾ ਅੱਜ ਦਾ ਵਿਸ਼ਾ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਇਸਾਂ ਨੂੰ ਟੈਲੀਫੋਨ ਕਰਕੇ ਪੁੱਛ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਬੈਠੇ ਨੇ ਸਾਡੇ ਕੋਲ ਗੁਰਦੀਪ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇਣ ਦੇ ਬਿਲਕੁਲ ਡਾਕਟਰ ਸਾਹਿਬ ਜੀਓ ਅਸੀਂ ਸਾਰੇ ਹੀ ਜਾਣਦੇ ਹਾਂ ਵੀ ਇਹ ਮਸਲਾ ਬੜਾ ਗੰਭੀਰ बन चुकया। ਹੈ ਨਾ। ਤੇ ਬੁਝਾਏ ਇਸ ਦੇ ਵੀ ਅਸੀਂ ਇੱਕ ਦੂਜੇ ਤੇ ਦੂਸ਼ਣ ਲਾਈਏ। ਵੀ ਫਲਾਣਾ ਪਾਣੀ ਜ਼ਿਆਦਾ ਵਰਤਦਾ, ਫਲਾਣਾ ਜ਼ਿਆਦਾ ਵਰਤਦਾ, ਸ਼ਹਿਰਾਂ ਵਾਲੇ, ਪਿੰਡਾਂ ਵਾਲੇ, ਫਲਾਣੇ ਇਹ ਬਹੁਤ ਪਾਣੀ ਵਰਤਦੇ ਆ, ਕਾਰਾਂ ਤੋਂ ਨਾਲੇ ਬਹੁਤ ਪਾਣੀ ਵਰਤਦੇ ਆ। ਆਪਣੀ ਜੇ ਜ਼ਿੰਮੇਵਾਰੀ ਸਮਝੀਏ, ਵੀ ਉਹ ਜੇ ਵਰਤਿਆ ਅਸੀਂ ਕਿਵੇਂ ਬਚਾ ਸਕਦੇ ਆ ਪਾਣੀ। ਬਿਲਕੁਲ। ਜੇ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਸਮਝਾਂਗੇ ਤੇ ਮੇਰੀ ਜਾਚੇ ਅਸੀਂ ਇਸ ਨੂੰ ਠੱਲ ਕੁਝ ਹੱਦ ਤੱਕ ਪਾ ਸਕਦੇ ਆ ਤੇ ਜੇ ਹੁਣ ਗੱਲ ਕਰੀਏ ਅਸੀਂ ਆਪਣੀ ਕਿਸਾਨੀ ਦੀ ਗੱਲ ਕਰੀਏ ਬਈ ਸਾਡੇ ਕੋਲ ਖੇਤੀ ਬਾੜੀ ਚ ਕਿਹੜੀਆਂ ਕਿਹੜੀਆਂ ਤਕਨੀਕਾਂ ਐਸੀਆਂ ਹੈ ਜਿਨ੍ਹਾਂ ਨਾਲ ਅਸੀਂ ਪਾਣੀ ਦੀ ਬਚਤ ਕਰ ਸਕਦੇ ਆ ਮਿੱਠਾ ਸਿੰਘ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਸਿਫਾਰਸ਼ਾਂ ਦਿੱਤੀਆਂ ਗਈਆਂ ਵਾ ਜੀ ਜਿਨ੍ਹਾਂ ਦੇ ਨਾਲ ਜਿਹੜਾ ਕੁਦਰਤੀ ਸੋਮਾ ਜਿਹਦੇ ਕਰਕੇ ਪੰਜਾਬ ਦੀ ਕਿਸਾਨੀ ਦੀ ਪਹਿਚਾਣ ਹੈ ਹੂੰ ਉਹਨੂੰ ਅਸੀਂ ਬਚਾ ਸਕਦੇ ਆ ਕਿਉਂਕਿ ਮਹਾਰਾਜ ਨੇ ਦੱਸਿਆ ਕਿ ਪਾਣੀ ਜਿਹੜਾ ਵਾ ਉਹਦਾ ਸੰਕਟ ਬੜਾ ਗੰਭੀਰ ਹੈ ਹੂੰ ਤੇ ਉਹਨਾਂ ਤਕਨੀਕਾਂ ਦੇ ਵਿੱਚੋਂ ਜਿਵੇਂ ਕਿ ਮੁੱਖ ਤਕਨੀਕ ਜਿਹੜੀ ਆ ਆਮ ਕਰਕੇ ਤੁਸੀਂ ਵੇਖਿਆ ਹੋਣਾ ਕਿ ਪਹਿਲਾਂ ਜਿਹੜੇ ਕਰਾਏ ਚੱਲਦੇ ਸੀ ਉਹਦਾ ਅੱਜ ਬਦਲਵਾਂ ਰੂਪ ਜਿਹੜਾ ਵਾ ਉਹ ਤੁਸੀਂ ਕੰਪਿਊਟਰ ਵਾਲੇ ਕਰਾਏ ਨੇ ਲੈ ਲਏ ਆਗੇ ਆਗੇ ਲੈਜ਼ਰ ਕਰਾ ਆਹ ਲੈਜ਼ਰ ਕਰਾ ਆਹ ਜਿਹਨੂੰ ਕਹਿੰਦੇ ਨੇ ਤੋ ਵਾਕਈ ਲੈਜ਼ਰ ਜਿਹੜੀ ਆ ਉਹ ਲੈਜ਼ਰ ਦੇ ਨਾਲ ਹੀ ਆ ਉਹ ਜੀ ਉਹ ਬੀਮ ਦੇ ਨਾਲ ਹੀ ਚੱਲਦਾ ਜਿੱਥੋਂ ਮਿੱਟੀ ਚੁੱਕਣੀ ਆ ਉੱਥੋਂ ਨੇ ਚੁੱਕ ਲੈਣੀ ਆ ਜਿੱਥੇ ਸੁੱਟਣੀ ਆ ਉਹ ਬੀਮ ਹੀ ਦੱਸ ਦਿੰਦਾ ਬਰਾਬਰਤਾ ਕਰ ਦੇਣੀ ਆ ਸੋ ਉਹ ਜਿਹੜੀ ਤਕਨੀਕ ਆ ਲੇਜ਼ਰ ਲੈਵਲਰ ਜਿਹੜੀ ਆ ਤਕਨੀਕ ਆ ਉਹ ਤਕਰੀਬਨ 6 2006 7 ਦੇ ਵਿੱਚ ਸਾਡੇ ਕੋਲ ਆਈ ਸੀ ਉਹ ਇੰਨੀ ਮਕਬੂਲ ਹੋਈ ਕਿਸਾਨਾਂ ਨੇ ਉਹਨੂੰ ਇੰਨਾ ਅਪਣਾਇਆ ਉਹ ਬਹੁਤ ਹੀ کارਗਰ ਤਕਨੀਕ ਹੈ ਜੀ ਖੇਤਾਂ ਉਸ ਤਕਨੀਕ ਨੇ ਪਧਰੇ ਕੀਤੇ ਹੀ ਐ ਜੀ ਗਰਾਊਂਡਾਂ ਤੱਕ ਜਿਹੜੀਆਂ ਤਕਨੀਕ ਨੇ ਜਿਹੜੀਆਂ ਪਧਰੀਆਂ ਕਰ ਦੁੱਤੀਆਂ ਵਾਹ ਬਿਲਕੁਲ ਤੇ ਆਮ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਹੁਣੇ ਤੋਂ ਪਹਿਲਾਂ ਤਕਰੀਬਨ ਸਾਰੇ ਕਿਸਾਨ ਜਿਹੜੇ ਆ ਉਹ ਇਹਨੂੰ ਪਧਰਾ ਕਰਦੇ ਆ ਤੇ ਪਾਣੀ ਬਚਾਉਂਦੇ ਆ ਜੀ ਕਿਸਾਨਾਂ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪਾਣੀ ਜਿਹੜਾ ਬਚਾਇਆ ਜਾ ਸਕੇ ਪਾਣੀ ਤਕਰੀਬਨ 40% ਤੱਕ ਪਾਣੀ ਉਹਦਾਂ ਦਾ ਜਿਹੜਾ ਬਚ ਸਕਦਾ ਬਹੁਤ ਬਹੁਤ ਕਿਉਂਕਿ ਨਹੀਂ ਤੇ ਆਮ ਕਰਕੇ ਖੇਤਾਂ ਦੇ ਵਿੱਚ ਕੋਈ ਨੀਵਾ ਜਿਹੜੀ ਨੁੱਕਰ ਰਹਿ ਗਈ ਤੇ ਉਹ ਹੋਈ ਭਰੀ ਜਾਂਦੀ ਤੇ ਉੱਚੀ ਜਗ੍ਹਾ ਤੇ ਪਾਣੀ ਚੜਦਾ ਨਹੀਂ ਚੜਦਾ ਨਹੀਂ ਤੇ ਇਹਦੇ ਨਾਲ ਇੱਕਸਾਰ ਪਾਣੀ ਲੱਗਦਾ ਸਾਨੂੰ ਪਤਾ ਲੱਗਦਾ ਥੋੜਾ ਜਿਹਾ ਪਾਣੀ ਲੱਗਦਾ ਇਹ ਕੱਲਾ ਪਾਣੀ ਨਹੀਂ ਬਚਦਾ ਇਸ ਤਕਨੀਕ ਦੇ ਨਾਲ ਇਹ ਬੂਟਾ ਜਿਹੜਾ ਵਾ ਉਹ ਵੀ ਵਧੀਆ ਬਣਦਾ ਤੇ ਝਾੜ ਵੀ ਵਧੀਆ ਫਸਲ ਚੰਗੀ ਹੁੰਦੀ ਝਾੜ ਚੰਗਾ ਹੁੰਦਾ ਸੋ ਇੱਕ ਤੇ ਇਹ ਤਕਨੀਕ ਸੀ ਦੂਜੀਆਂ ਜਿਹੜੀਆਂ ਤਕਨੀਕਾਂ ਵਾ ਸਾਡੇ ਕੋਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆ ਗਈਆਂ ਕਿ ਪਾਣੀ ਨੂੰ ਬਚਾਉਣ ਵਾਸਤੇ ਜਿੱਦਾਂ ਤੁਪਕਾ ਸਚਾਈ ਹੈ ਹੂੰ ਜਿੱਦਾਂ ਕਿ ਬਾਗਬਾਨੀ ਦੇ ਵਿੱਚ ਆਪਾਂ ਇੱਕ ਛੋਟੀਆਂ ਪਾਈਪਾਂ ਦੇਖਦੇ ਆਂ ਖੇਤਾਂ ਦੇ ਵਿੱਚ ਪਈਆਂ ਹਾਂਜੀ ਹਾਂ ਤੇ ਤੁਪਕਾ ਤੁਪਕਾ ਬੂੰਦ ਬੂੰਦ ਪਾਣੀ ਜਿਹੜਾ ਬੂਟੇ ਨੂੰ ਮਿਲਦਾ ਉਹਨਾ ਹੀ ਮਿਲਦਾ ਜਿੰਨਾ ਚਾਹੀਦਾ ਬਿਲਕੁਲ ਬਿਲਕੁਲ ਹਮ ਤੇ ਕੁਦਰਤ ਵੀ ਇਹੀ ਕਹਿੰਦੀ ਆ ਕਿ ਪਾਣੀ ਜਿਹੜਾ ਬੂਟੇ ਨੂੰ ਕੋਈ ਛਪੜਾਂ ਦੇ ਰੂਪ ਦੇ ਵਿੱਚ ਨਹੀਂ ਚਾਹੀਦਾ ਨਾ 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 ਉਹਨੂੰ ਸਿਰਫ ਸਲਾਬ ਚਾਹੀਦੀ ਹੈ ਬਿਲਕੁਲ ਉਹ ਸਲਾਬ ਜਿਹੜੀ ਆ ਬੂਟਾ ਮੰਗਦਾ ਹਮ ਤੇ ਇਸ ਕਰਕੇ ਉਹ ਸਾਇੰਸ ਦਾ ਨਾਲ ਜਿਹੜੀ ਤਕਨੀਕ ਦਿੱਤੀ ਆ ਉਹ ਬਹੁਤ ਵਧੀਆ ਤਕਨੀਕ ਆ ਔਰ ਕਿਸਾਨ ਉਹਨੂੰ ਸਬਜ਼ੀਆਂ ਦੇ ਵਿੱਚ ਬਾਗਾਂ ਦੇ ਵਿੱਚ ਅਪਣਾ ਵੀ ਰਹੇ ਨੇ ਉਹਨਾਂ ਦਾ ਉਹਦਾਂ ਵੀ ਪਾਣੀ ਜਿਹੜਾ ਬਚਾਇਆ ਜਾ ਸਕਦਾ ਜੀ ਜੀ ਸੋ ਇਸੇ ਤਰ੍ਹਾਂ ਹੀ ਕਿਉਂਕਿ ਇਹ ਜਿਹੜੀਆਂ ਤਕਨੀਕਾਂ ਵਾ ਇਹ ਤੇ ਆਪਾਂ ਨੂੰ ਦੇਖਣਾ ਪਏਗਾ ਵੀ ਕਿਹੜੀ ਫਸਲ ਆ ਤੇ ਕਿਹੜੀ ਤਕਨੀਕ ਫਿੱਟ ਹੁੰਦੀ ਆ ਜੀ 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 ਫੁਆਰਾ ਸਿਸਟਮ ਵੀ ਆ ਜੀ ਜੀ ਸੋ ਫਾਰੇ ਨਾਮ ਕਰਕੇ ਤੁਸੀਂ ਰੇਨ ਗਨ ਸੁਣੀਆਂ ਹੋਣਗੀਆਂ ਆ ਬਿਲਕੁਲ ਤੇ ਉਹ ਜਿਹੜੀ ਗਨ ਆ ਉਹ ਅੱਧਾ ਅੱਧਾ ਜਿਹੜਾ ਸਾਡਾ ਕਿਲਾ ਵਾ ਉਹ ਇੱਕ ਜਗ੍ਹਾ ਤੋਂ ਹੀ ਜਿਹੜਾ ਪਾਣੀ ਜਿਹੜਾ ਵਾ ਸਾਰੇ ਪਾਸੇ ਉਹ ਛੁੱਟੀ ਜਾਂਦੀ ਆ ਨਾਲ ਘੁੰਮੀ ਜਾਂਦੀ ਆ ਉੱਪਰ ਉਹ ਲੱਗੀ ਆ ਤੇ ਸਿਸਟਮ ਲੱਗਾ ਉਹ ਘੁੰਮੀ ਜਾਂਦਾ ਪਾਣੀ ਤੇ ਸਾਰੇ ਖੇਤ ਨੂੰ ਅੱਧਾ ਅੱਧਾ ਵਾੜ ਕਿੱਲੇ ਦੀ ਵਾੜ ਜਿਹੜੀ ਆ ਉਹ ਪਾਣੀ ਆਈ ਜਾਂਦਾ ਮਤਲਬ ਇਹ ਆ ਜੀ ਅਸੀਂ ਹੁਣ ਕੋਈ ਵੀ ਫਸਲ ਬੀਜਦੇ ਆ ਸਾਨੂੰ ਹੁਣ ਏ ਨਹੀਂ ਵੀ ਟਿਊਬਰ ਚਲਾਤਾ ਤੇ ਚਲਾਤਾ ਹੁਣ ਮਾਹਰ ਦੀ ਸਲਾਹ ਲੈਣੀ ਬਹੁਤ ਲਾਜ਼ਮੀ ਆ ਬਿਲਕੁਲ ਬਿਲਕੁਲ ਇੱਕ ਹੋਰ ਤਕਨੀਕ ਜਿਹੜੀ ਆ ਉਹ ਅੰਡਰਗਰਾਉਂਡ ਵਾਲੀ ਆ ਅੰਡਰਗਰਾਉਂਡ ਪਾਈ ਪੈਂਦੀ ਆ ਬਿਲਕੁਲ ਉਹ ਆਪਾਂ ਖਾਲਾਂ ਦੇ ਵਿੱਚੋਂ ਇੱਕ ਤੇ ਖਾਲ ਥਾਂ ਲੈ ਲੈਂਦੇ ਆਂ ਸਾਡੀ ਆਹ ਤੇ ਦੂਜਾ ਪਾਣੀ ਉਤੋਂ ਉੜਦਾ ਰਿਹਾ ਜਾਂਦਾ ਸਹੀ ਗੱਲ ਆ ਹੁਣ ਉਹ ਅੰਦਰੇ ਅੰਦਰ ਪਾਣੀ ਜਾਂਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਪਾਣੀ ਦਾ ਰਾਹ ਕਿਹੜਾ ਵਾ ਹਾਂ ਗੱਲ ਸਹੀ ਜਿੱਥੇ ਮੋਗਾ ਵਾ ਉੱਥੋਂ ਪਾਣੀ ਜਿਹੜਾ ਬਾਹਰ ਨਿਕਲਦਾ ਵਾ ਤੇ ਉਹਦੇ ਨਾਲ ਵੀ ਪਾਣੀ ਜਿਹੜਾ ਅਸੀਂ ਬਚਾ ਸਕਦੇ ਆਂ ਸੋ ਤਕਨੀਕਾਂ ਇਹ ਬਹੁਤ ਨੇ ਵਖਰੇ ਵਖਰੇ ਵਹਾਗ ਜਿਹੜਿਆ ਇਹਦੀ ਸਹੂਲਤ ਵੀ ਕਿਸਾਨਾਂ ਨੂੰ ਦੇ ਰਿਹਾ ਸੋ ਇਹਨਾਂ ਤਕਨੀਕਾਂ ਨੂੰ ਵਰਤ ਕੇ ਅਸੀਂ ਕੱਲਾ ਪਾਣੀ ਨਹੀਂ ਬਚਾਉਂਦੇ ਉਹ ਆਪਣੀ ਝਾੜ ਦੇ ਵਿੱਚ ਜਿਹੜੀ ਆ ਉਹ ਵੀ ਵਾਧਾ ਕਰ ਸਕਦੇ ਆ ਜੀ 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 ਅੱਛਾ ਡਾਕਟਰ ਗਰਦੀਪ ਸਿੰਘ ਜੀ ਹੁਣ ਗੱਲ ਇਦਾਂ ਆ ਪਈ ਜਿੱਦਾਂ ਮਾਹਰ ਸਾਨੂੰ ਦੱਸਦੇ ਆ ਅਸੀਂ ਕੋਸ਼ਿਸ਼ ਕਰੀਦੀ ਆ ਮਿੱਠਾ ਸਿੰਘ ਜੀ ਪਈ ਉਸ ਹਿਸਾਬ ਨਾਲ ਹੀ ਖੇਤੀ ਕਰੀਏ ਕਿਉਂਕਿ ਉਹਦੇ ਵਿੱਚ ਕਹਿੰਦੇ ਪਈ ਇੱਕ ਤਾਂ ਫਾਇਦਾ ਆ ਸਾਨੂੰ ਹਨਾ ਫੇਰ ਇਦਾਂ ਜਿਹੜੇ ਸਾਡੇ ਕੁਦਰਤੀ ਸੌਮੇ ਆ ਉਹਦਾ ਬਚਾ ਬੜਾ ਹੁੰਦਾ ਆ ਹੁਣ ਥੋੜੇ ਜਿਹੇ ਸਾਲਾਂ ਤੋਂ ਸਿੱਧੀ ਬਜਾਈ ਦਾ ਮਾਹਰ ਜਿਹੜਿਆ ਬਹੁਤ ਚੈਲੰਜ ਹੋਇਆ 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 ਔਰ ਕਿਸਾਨ ਵੀਰਾਂ ਨੇ ਉਹਨੂੰ ਅਪਣਾਇਆ ਵੀ ਆ ਹਨਾ ਅਗਾਹ ਬਦੂ ਕਿਸਾਨ ਵੀਰਾਂ ਪੰਜਾਬ ਦੇ ਜੀ ਅਪਣਾ ਲਿਆ ਉਸ ਜਿਹੜਾ ਹੁਣ ਸਿੱਧੀ ਬਜਾਈ ਜਦੋਂ ਅਸੀਂ ਕਰਦੇ ਆ ਇਹ ਕਿ ਸਾਡਾ ਉਹੀ ਜਿਹੜਾ ਪੁਰਾਣਾ ਤਰੀਕਾ ਸੀ ਵੀ ਕਦੂ ਕਰ ਲੋ ਨਾਲੇ ਆਪ ਕਾਲੇ ਪੀਲੇ ਹੋਏ ਰੋ ਹਾਂ ਨਾਲੇ ਪਾਣੀ ਪਾ ਲਓ ਉਹਦੇ ਚ ਨਾਲੇ ਆਪਣਾ ਕਦੂ ਕਰਾਓ ਵਾਕੇ ਕਦੂ ਹੁੰਦਾ ਥੇ ਸਿੱਧੀ ਬਜਾਈ ਨਾ ਇਹ ਦੱਸੋ ਕਿ ਕਿੰਨਾ ਕੁ ਪਾਣੀ ਜਿਹੜਾ ਅਸੀਂ ਬਚਾਉਨੇ ਆ ਤੇ ਸਿੱਧੀ ਬਜਾਈ ਤੇ ਹੋਰ ਸਾਨੂੰ ਕੀ ਫਾਇਦੇ ਹੈਗੇ ਜਿਹੜੇ ਦੇਖੋ ਜੀ ਜਿਹੜੀ ਸਿੱਧੀ ਬਜਾਈ ਆ ਇਹ ਕਿਉਂਕਿ ਜਿਵੇਂ ਤੁਸੀਂ ਮਠਾ ਸਿੰਘ ਜੀ ਗੱਲ ਕੀਤੀ ਹੈ ਕਿ ਪਾਣੀ ਦੀ ਸਾਡੇ ਕੋਲ ਗੰਭੀਰ ਸਮੱਸਿਆ ਵਾ ਜੀ ਸੋ ਸਾਇੰਸਦਾਨ ਵੀ ਇਸ ਤੇ ਚਿੰਤਤ ਹੋਏ ਉਹਨਾਂ ਨੇ ਵੱਖਰੀਆਂ ਵੱਖਰੀਆਂ ਤਕਨੀਕਾਂ ਸਾਨੂੰ ਦਿੱਤੀਆਂ ਨੇ ਜੀ ਕਿ ਇਹ ਜਿਹੜੀ ਅੱਜ ਕੱਲ ਜਿਹੜੀ ਤਕਨੀਕ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਜਿਹੜੀ ਸਿੱਧੀ ਬਿਜਾਈ ਆ ਉਹ ਵੱਤਰ ਦੇ ਵਿੱਚ ਸਿੱਧੀ ਬਿਜਾਈ ਆ ਜੀ ਕਈ ਕਿਸਾਨ ਤੇ ਸੁੱਕੇ ਚ ਝੋਨਾ ਜਿਹੜਾ ਲਾ ਲਿੰਦੇ ਆ ਉਹ ਵੀ ਤਕਨੀਕ ਆ ਕਿ ਆਪਾਂ ਝੋਨਾ ਸੁੱਕੇ ਪਾਲੀ ਚ ਕੀਰ ਦੇਣਾ ਪਰ ਉਹਦੇ ਵਿੱਚ ਸਮੱਸਿਆਵਾਂ ਆਈਆਂ ਸੀ ਨਦੀਨਾਂ ਦੀ ਜਿਹੜੀ ਰੋਕਥਾਮ ਕਰਨੀ ਜਿਹੜੀ ਬੜੀ ਔਖੀ ਸੀ ਭਾਵੇਂ ਕੋਈ ਚ ਜੰਮਣ ਸ਼ਕਤੀ ਜਿਹੜੀ ਆ ਬੜੀ ਵੱਧੀ ਆ ਤੇ ਇਹ ਕਿਸਾਨ ਉਹਨੂੰ ਬੜੀ ਛੇਤੀ ਨੂੰ ਅਪਣਾਇਆ ਉਹਨਾਂ ਨੇ ਪਰੰਤੂ ਜਿਹੜਾ ਮਾਹਿਰਾਂ ਨੇ ਦੱਸਿਆ ਕਿ ਜਿਹੜੀ ਬੱਤਰ ਦੇ ਵਿੱਚ ਬਜਾਈ ਆ ਪਾਣੀ ਉਹਦੇ ਨਾ ਪਾਈਦਾ ਅੱਛਾ ਕਿਉਂਕਿ ਜਿਹੜੀ ਸੁੱਕੀ ਬਜਾਈ ਆ ਸੁੱਕੀ ਵਿੱਚ ਬੀਜ ਕੇ ਝੋਨਾ ਕੇਰ ਕੇ ਕਣਕ ਵਾਂਗੂੰ ਤਾਂ ਸਾਨੂੰ ਪਾਣੀ ਦੇਣਾ ਪੈਂਦਾ ਹਾਂਜੀ ਲੇਕਿਨ ਬੱਤਰ ਦੇ ਵਿੱਚ ਆ ਕਿ ਦੋ ਵਾਰੀ ਰੌਣੀਆਂ ਕਰਕੇ ਹੂੰ ਪਹਿਲੇ ਜਿਹੜਾ ਸਾਲ ਦਾ ਝੋਨਾ ਵਾ ਉਹ ਬੀ ਜਿਹੜਾ ਵਾ ਉਹਨੂੰ ਉਗਾ ਕੇ ਅੱਛਾ ਨਸ਼ਟ ਕਰਕੇ ਹੂੰ ਤੇ ਦੁਬਾਰਾ ਲੇਜ਼ਰ ਲੈਵਲਰ ਕਰਾ ਕੇ ਜੇ ਲੋਡ ਆ ਤੇ ਫਿਰ ਹਲਕੀ ਜੀ ਜਿਹੜੀ ਆ ਉਹ ਭਾਈ ਕਰਕੇ ਉਤਲੀ ਲੇਅਰ ਜਿਹੜੀ ਜ਼ਮੀਨ ਦੀ ਆ ਜਿਹਨੂੰ ਦੂਜੀ ਵਾਰੀ ਆਪਾਂ ਕੇਰਨਾ ਵਾ ਉਹ ਹਲਕਾ ਜਿਹਾ ਛੇੜਨਾ ਤਾਂ ਕਿ ਜਿਹੜੀ ਜ਼ਮੀਨ ਦੀ ਨਵੀਂ ਆ ਥੱਲਲੀ ਤਹਿ ਦੀ ਉਹ ਬਣੀ ਰਵੇ ਤੇ ਉਤਲੀ ਤਹਿ ਦੇ ਵਿੱਚ ਆਪਾਂ ਪੋਟਾਕ ਜਿਹੜਾ ਵੀ ਕੇਰਨਾ ਬਸ ਅੱਛਾ ਮਤਲਬ ਕਿ ਉੱਤੇ ਹੀ ਰੱਖਣਾ ਵੀ ਆ ਉੱਤੇ ਹੀ ਰੱਖਣਾ ਉਹ ਤੇ ਉਹਦੇ ਨਾਲ ਕੀ ਆ ਕਿ ਉਤਲਾਵੱਤਰ ਤੇ ਭਾਵੇਂ ਚਲੋ ਗਰਮੀ ਨਾਲ ਖੁਸ਼ਕ ਹੋ ਜੂਗਾ ਪਰ ਥੱਲੇ ਜਿਹੜਾ ਵੱਤਰ ਆ ਉਹਦੇ ਨਾਲ ਜਿਹੜਾ ਝੋਨੇ ਦਾ ਦਾਣਾ ਵਾ ਉਹ ਫਿਰ ਉਗਦਾ ਜੜ ਵਾਲੀ ਸਾਈਡ ਨੂੰ ਬਿਲਕੁਲ ਥਾਂ ਨੂੰ ਜਾਂਦਾ ਤੇ ਉਹ ਥਾਂ ਨੂੰ ਇਦਾਂ ਜਾਂਦਾ ਵੀ ਪਾਣੀ ਤੇ ਉਦੋਂ ਲੱਭਦਾ ਨਹੀਂ ਗਰਮੀ ਦੇ ਵਿੱਚ ਜੀ ਪਾਣੀ ਆਪਾਂ ਯੂਨੀਵਰਸਿਟੀ ਕਹਿੰਦੀ ਵੀ 21 ਦਿਨਾਂ ਬਾਅਦ ਦੇਣਾ ਹਾਂ ਉਹ ਸਹੀ ਗੱਲ ਆ ਤੇ ਜਦੋਂ ਤੁਸੀਂ ਬੂਟੇ ਨੂੰ ਦਾਣੇ ਨੂੰ ਪਾਣੀ ਨਹੀਂ ਲੱਭਣਾ ਤੇ ਪਾਣੀ ਤੇ ਉਹਨੇ ਲੱਭਣਾ ਜੀਵਨ ਵਾਸਤੇ ਕਿਉਂਕਿ ਉਹਦਾ ਵੀ ਜੀਵਨ ਹੈ ਜਿਹਨੇ ਜੀਵਨ ਕਾਲ ਪੂਰਾ ਕਰਨਾ ਪਾਣੀ ਲੱਭਣ ਵਾਸਤੇ ਜੜ ਨੇ ਥੱਲੇ ਜਾਣਾ ਹਾਂ ਥੱਲੇ ਸਲਾਬ ਆ ਹੂੰ ਤੇ ਜੜ ਦਾ ਵਿਕਾਸ ਹੋਣਾ ਬਿਲਕੁਲ ਵਾਹ ਉਹਨਾਂ ਚਿਰ ਤੱਕ ਬੂਟਾ ਬੜਾ ਸਮਝਦਾਰ ਆ ਹੂੰ ਉਹਨੇ ਆਪਣਾ ਜ਼ਮੀਨ ਤੋਂ ਉੱਤਰਲੇ ਭਾਗ ਦਾ ਜਿਹੜਾ ਵਾ ਵਿਕਾਸ ਨਹੀਂ ਕਰਨਾ ਅੱਛਾ ਹਾਂ ਤੇ ਜੜ ਜਿਹੜੀ ਆ ਥੱਲੇ ਜਾਈ ਜਾਣੀ ਆ ਅੱਛਾ 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 ਮਜ਼ਬੂਤ ਹੋ ਜਾਣੀ ਬਿਲਕੁਲ ਹੂੰ ਜਦੋਂ ਉਹਨੇ ਵੇਖ ਲਿਆ ਵੀ ਠੀਕ ਹੈ ਆਪਣੇ ਉਸ ਹਾਲਾਤਾਂ ਦੇ ਅਨਸਾਰ ਬੂਟੇ ਨੇ ਆਪਣੇ ਆਪ ਨੂੰ ਢਾਲ ਲਿਆ ਹਾਂ ਹਾਂ ਤੇ ਫਿਰ ਜਦੋਂ 21 ਦਿਨ ਦੇ ਕੋਲ-ਕੋਲ ਸਮਾਂ ਆਉਂਦਾ ਵਾ ਜੀ ਭਾਵੇਂ ਕਿ ਮਾਹਰ ਸਿਫਾਰਸ਼ ਕਰਦੇ 21 ਦਿਨ ਪਰ 21 ਦਿਨ ਤੋਂ 2-4 ਦਿਨ ਗਾਂ ਵੀ ਸ਼ਾਮੀ ਹੋ ਜਾਂਦੀ ਉਹ ਜਾਂਦੇ ਉਹ ਜਾਂਦੇ ਮੌਸਮ ਆ ਬਿਲਕੁਲ ਇਹ ਕੁਦਰਤ ਆ ਕੁਦਰਤੀ ਚੱਕਰ ਆ ਇਹ ਸਾਰਾ ਬਿਲਕੁਲ ਤੇ ਉਹ ਫਿਰ ਜਦੋਂ ਬੂਟੇ ਨੂੰ ਪਤਾ ਲੱਗਦਾ ਵੀ 21 ਦਿਨ ਹੋਣੀ ਜੜ੍ਹਾਂ ਬਣ ਗਈਆਂ ਵਾ ਬਣ ਵੀ ਜਾਂਦੀਆਂ ਉਦੋਂ ਹਾਂ ਤੇ ਪਾਣੀ ਜਦੋਂ ਆਪਾਂ ਦਿੰਨੇ ਆ ਨਾਲ ਖਾਦ ਪਾਉਨੇ ਆ ਤੇ ਫਿਰ ਬੂਟਾ ਜਿਹੜਾ ਉਤਲਾ ਜਿਹੜਾ ਹਿੱਸਾ ਵਾ ਉਹ ਤਣੇ ਦਾ ਉਹ ਪੂਰਾ ਵੱਧਾ ਵਾ ਅੱਛਾ ਵਾ ਠੀਕ ਆ ਪੂਰਾ ਇਸ ਕਰਕੇ ਸਾਇੰਸ ਆ ਜੀ ਸਾਰੀ ਇਹ ਬਿਲਕੁਲ ਸਾਇੰਸ ਆ ਇਹਨੂੰ ਸਮਝਣ ਦੀ ਲੋੜ ਆ ਲੋੜ ਆ ਇਸ ਕਰਕੇ ਉਹ ਜਿਹੜਾ 21 ਦਿਨ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਉਹ ਇਸ ਕਰਕੇ ਕਰਦੀ ਆ ਕਿ ਪਾਣੀ ਇਹਨੂੰ ਨਾ ਦਿਓ ਆਪਾਂ ਨੂੰ ਲੱਗਦਾ ਹੌਸਲਾ ਪੈਂਦਾ ਨਹੀਂਗਾ ਕਿਉਂਕਿ ਸਾਡੀ 6 ਸ਼ਮਾਈ ਦੀ ਏ ਕਮਾਈ ਹੈ। ਬਿਲਕੁਲ। ਨਾਲੇ ਆਦਤ ਪੈ ਗਈ ਹੋਈ ਨਾ। ਆਦਤ ਪੈ ਗਈ ਹੈ। ਕਿੱਥੇ ਇੱਕ ਬੰਨੇ ਛੱਪੜ ਜਿਹੜਾ ਲੱਗ ਜਾਣਾ ਤੇ ਕਿੱਥੇ ਆਪਾਂ 21 ਦਿਨ ਪਾਣੀ ਨਹੀਂ ਦੇਣਾ। ਦੇਣਾ ਹਾਂ। ਇਹ ਬਹੁਤ ਵੱਡਾ ਹੌਸਲਾ ਵਾ। ਝੋਨਾ ਬਿਨਾ ਪਾਣੀ ਤੋਂ ਦੇਖਣ ਦੀ ਆਦਤ ਨਹੀਂ ਰਹਿ ਗਈ। ਆਦਤ ਨਹੀਂ ਰਹਿ ਗਈ। ਸਹੀ ਗੱਲ ਹੈ। ਸੋ ਇਹ ਆਦਤ ਨੂੰ ਇਹ ਸਾਡੀ ਸੋਚ ਨੂੰ ਵੀ ਬਦਲਣ ਦੀ ਲੋੜ ਆ। ਸੋ ਕਈ ਜ਼ਮੀਨਾਂ ਦੇ ਬੜੀਆਂ ਮਾਫਕ ਨਹੀਂ ਇਹਦੇ ਵਾਸਤੇ। ਜੀ। ਕਈਆਂ ਜ਼ਮੀਨਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਵਾ। ਪਰੰਤੂ ਜਿੱਥੇ ਜਿੱਦਾਂ ਆਪਣੇ ਕਪੂਰਥਲੇ ਦੇ ਜਲੰਧਰ ਦੇ ਇਲਾਕੇ ਦੇ ਵਿੱਚ ਮੱਕੀ ਆ ਮੱਕੀ ਵਾਲੇ ਖੇਤਾਂ 'ਚ ਇਹ ਨਹੀਂ ਕਰਨੀ ਚਾਹੀਦੀ ਤਕਨੀਕ ਜੀ 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 ਗੰਨਾ ਜਿੱਥੇ ਉੱਥੇ ਨਹੀਂ ਕਰਨੀ ਚਾਹੀਦੀ ਕੋਈ ਸਾਡੇ ਕੋਈ ਇਸ ਤਰ੍ਹਾਂ ਦੀਆਂ ਜ਼ਮੀਨਾਂ ਜਿੱਥੇ ਉੱਥੇ ਕਲਰ ਜ਼ਿਆਦਾ ਵਾ ਜ਼ਿਆਦਾ ਹਾਂ ਠੀਕ ਹੈ ਉੱਥੇ ਆਪ ਨੂੰ ਨਹੀਂ ਕਰਨੀ ਚਾਹੀਦੀ ਸੋ ਜ਼ਮੀਨ ਦੀ ਜਿਹੜੀ ਤਸਵੀਰ ਹਲਕੀਆਂ ਜ਼ਮੀਨਾਂ ਜਿੱਥੇ ਰੇਤਲੀਆਂ ਵਾਂ ਉੱਥੇ ਨਹੀਂ ਕਰਨੀ ਚਾਹੀਦੀ ਇਹਦੀ ਜਾਈ ਸੋ ਜੇ ਤੇ ਤੁਹਾਡੀ ਜ਼ਮੀਨ ਮਾਫਕ ਆ ਤੇ ਉੱਥੇ ਇਹ ਤਕਨੀਕ ਜਿਹੜੀ ਕਾਰਗਰ ਸਾਬਤ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਵੀ ਇਹ ਤਕਨੀਕ ਆਈ ਸੀ ਪਰੰਤੂ ਦਵਾਈਆਂ ਜਿਹੜੀਆਂ ਨਦੀਨ ਇਹਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਦਵਾਈਆਂ ਨਹੀਂ ਸੀ ਹੋਇਆ ਗਈਆਂ ਤੇ ਹੁਣ ਕੀ ਹੋਇਆ ਕਿ ਨਦੀਨਾਂ ਨੂੰ ਰੋਕ-ਥਾਮ ਕਰਨ ਵਾਸਤੇ ਸਾਡੇ ਕੋਲ ਦਵਾਈਆਂ ਆ ਗਈਆਂ ਹਰ ਚੀਜ਼ ਮਤਲਬ ਭਈਆ ਹੋ ਗਈ ਆ ਬਿਲਕੁਲ ਸੇ ਉਹ ਦਵਾਈਆਂ ਨੂੰ ਜੇ ਥੋੜਾ ਜਿਹਾ ਇੱਕ ਤੇ ਜਿਹੜੀਆਂ ਸਾਵਧਾਨੀਆਂ ਵਾ ਉਹਨੂੰ ਆਪਾਂ ਰੱਖ ਲਈਏ ਧਿਆਨ ਦੇ ਵਿੱਚ ਤੇ ਦੂਜੀਆਂ ਇਹ ਦਵਾਈਆਂ ਜੇ ਸਮੇਂ ਸਿਰ ਕਰ ਦਈਏ ਤੇ ਫਿਰ ਇਹ ਤਕਨੀਕ ਜਿਹੜੀ ਕਾਰਗਰ ਸਾਬਤ ਹੋ ਜੰਦੀ ਰਿਜ਼ਲਟ ਵੀ ਚੰਗੇ ਆਉਂਦੇ ਆ। ਨਾਲੇ ਪਾਣੀ ਚੰਗਾ ਬਚਾ ਦਿੰਦੀ ਆ। ਬਿਲਕੁਲ ਬਿਲਕੁਲ। 20% ਤੱਕ ਪਾਣੀ ਜਿਹੜਾ ਤੁਸੀਂ ਬਚਾ ਸਕਦੇ ਹੋ। ਪਰੰਤੂ ਜਿਵੇਂ ਕਿ ਤੁਸੀਂ ਆਪਾਂ ਪਹਿਲਾਂ ਵੀ ਵਿਚਾਰ ਕਰ ਰਹੇ ਸੀ ਕਿ ਪਾਣੀ ਦੇ ਨਾਲੋਂ ਜ਼ਮੀਨ ਕੱਦੂ ਜਿਹੜਾ ਵਾ ਕੱਦੂ ਨੇ ਸਾਡੀ ਜ਼ਮੀਨ ਦੇ ਤਹਿ ਬਣਾਤੀ। ਬਿਲਕੁਲ। ਤੇ ਜੜ੍ਹ ਥੱਲੇ ਨਹੀਂ ਜਾਂਦੀ। ਹਾਂ। ਤੇ ਜਿਹੜਾ ਕੁਦਰਤ ਵੱਲੋਂ ਬਖਸ਼ਿਆ ਪਾਣੀ ਆ ਉਹ ਜ਼ਮੀਨ ਦੇ ਵਿੱਚ ਜਾ ਨਹੀਂ ਸਕਦਾ। ਨਹੀਂ ਹਾਂ। ਉਹ ਸਾਡੇ ਕੋਲ ਜਾਈ ਚਲ ਜਾਂਦਾ। ਜ਼ੀਰਦਾਨੀ ਪੂਰੀ। ਜ਼ੀਰਦਾਨੀ। ਤੇ ਇਹਦੇ ਨਾਲ ਕੀ ਕਿ ਜਿਹੜਾ ਮੀਂਹ ਦਾ ਪਾਣੀ ਆ ਉਹ ਸਾਰਾ ਜ਼ਮੀਨ ਦੇ ਵਿੱਚ ਜ਼ਮੀਨ ਚ ਜਾਂ ਹਾਂ ਬਿਲਕੁਲ ਤੇ ਥੱਲੇ ਤੈ ਨਹੀਂ ਬਣਨੀ ਤੇ ਜਿਹੜੀ ਆਉਣ ਵਾਲੀ ਫਸਲ ਆ ਉਹਦੇ ਵਿੱਚ ਦੇ ਕੁਆਂਟਰਲ ਤੱਕ ਜਿਹੜਾ ਝਾੜ ਦਾ ਕਣਕ ਦਾ ਵਾਧਾ ਹੋ ਜਾਂਦਾ ਵਾਹ ਬਹੁਤ ਜੀ ਵਾਹ ਦੋਵੇਂ ਪਾਸੇ ਫਾਇਦਾ ਪੌਣ ਤੇ ਵਲੀਆਂ ਬਿਲਕੁਲ 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 ਦੂਜੀ ਗੱਲ ਕੀ ਜਿਹੜਾ ਖਰਚੇ ਲੇਬਰ ਦੇ ਆ ਲੁਆਈ ਦਾ ਖਰਚਾ ਵੇਖੋ ਕਿੰਨਾ ਜ਼ਿਆਦਾ ਸਾਡਾ ਕਿੰਨਾ ਜਿਹੜਾ ਪੈਸਾ ਉਹ ਬਾਹਰ ਜਾ ਰਿਹਾ ਸਾਡੀ ਕਮਾਈ ਜਿਹੜੀ ਹੈ ਸੋ ਲੇਬਰ ਦਾ ਜਿਹੜਾ ਖਰਚਾ ਵਾ ਉਹ ਸਾਰਾ ਹੀ ਜਿਹੜਾ ਵਾ ਆਪਾਂ ਬਚਾ ਸਕਦੇ ਹਾਂ ਪਰੰਤੂ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵਾਰੀ ਕਰਨੀ ਆ ਉਹ ਵੀ 25% ਰਕਬੇ ਤੋਂ ਜੇ ਕਿਸ ਦੀਆਂ 10 ਕਿੱਲੇ ਜ਼ਮੀਨ ਆ ਤੇ ਦੋ ਕਿੱਲੇ ਪਹਿਲਾਂ ਕਰਕੇ ਵੇਖ ਲੈ ਜੀ ਪਹਿਲਾਂ ਉਹਦੇ ਥੋੜੇ ਰਕਬੇ 'ਚ ਕਰ ਲਓ ਬਿਲਕੁਲ ਉੱਥੇ ਮਹਾਰਤ ਵੇਖ ਲੈ ਜਦੋਂ ਉਹਨੂੰ ਸਮਝ ਆ ਜਾਂਦੀ ਆ ਵੀ ਇਹ ਜਿਹੜਾ ਤਕਨੀਕ ਦੀਆਂ ਬਰੀਕੀਆਂ ਕੀ ਆ ਫਿਰ ਤੁਸੀਂ ਰਕਬਾ ਵਧਾ ਸਕਦੇ ਹੋ ਕਿਉਂਕਿ ਜੇ ਆਪਾਂ ਮਾਹਰਾਂ ਦੀ ਦੇਖਰੇਖ ਦੇ ਵਿੱਚ ਇਸ ਤਕਨੀਕ ਨੂੰ ਨਹੀਂ ਧਿਆਨ ਦੇ ਵਿੱਚ ਲਾਵਾਂਗੇ ਤੇ ਫਿਰ ਸਮੱਸਿਆਵਾਂ ਆ ਸਕਦੀਆਂ ਕਿਉਂਕਿ ਛੋਟੇ ਤੱਤਾਂ ਦੀ ਘਾਟ ਆ ਜਾਂਦੀ ਆ ਜਾਂਦੀ ਕਿਉਂਕਿ ਲੋਹਾ ਲੋਹੇ ਦੀ ਘਾਟ ਬਹੁਤ ਹੁੰਦੀ ਇੱਥੇ ਕਿਉਂਕਿ ਲੋਹਾ ਜਿਹੜਾ ਜਿਹਦਾ ਕੱਦੂ ਦੀ ਗੱਲ ਕੀਤੀ ਸੀ ਇਹ ਕੱਦੂ ਵੀ ਜਿਹੜਾ ਕਰਦੇ ਸੀ ਉਹਦੀਆਂ ਵੀ ਸਾਨੂੰ ਕਈ ਫਾਇਦੇ ਵੀ ਹੈਗੇ ਸੀ ਕਿ ਲੋਹਾ ਜਿਹੜਾ ਜ਼ਮੀਨ ਨੂੰ ਜਿਹਦਾ ਜ਼ਮੀਨ ਚੋਂ ਉਸ ਹਾਲਤ ਦੇ ਵਿੱਚ ਬੂਟੇ ਨੂੰ ਮਿਲ ਜਾਂਦਾ ਪਰੰਤੂ ਇੱਥੇ ਕਿਉਂਕਿ ਸੁੱਕਾ ਥੱਲੇ ਆਪਾਂ 21 ਦਿਨ ਪਾਣੀ ਨਹੀਂ ਦੇਣਾ ਆਹ ਤੇ ਲੋਹਾ ਜਿਹੜਾ ਵਾ ਉਹ ਬੂਟੇ ਨੂੰ ਮਿਲਦਾ ਨਹੀਂ ਮਿਲਦਾ ਨਹੀਂ ਠੀਕ ਹੈ ਜੀ ਸੋ ਉਸ ਕੇਸ ਦੇ ਵਿੱਚ ਆਪਾਂ ਨੂੰ ਲੋਹੇ ਦੀ ਸਪਰੇਅ ਕਰਨੀ ਬੜੀ ਜ਼ਰੂਰੀ ਹੈ ਇੱਕ ਕਿੱਲਾ ਲੋਹਾ ਲਓ ਤੇ ਸਪਰੇਅ ਕਰ ਦਿਓ ਲੋਹੇ ਨੂੰ ਜ਼ਮੀਨ 'ਚ ਨਹੀਂ ਪਾਉਣਾ ਕਦੀ ਵੀ ਅੱਛਾ ਲੋਹੇ ਦੀ ਸਿਰਫ ਸਪਰੇਅ ਕਰਨੀ ਹੈ ਅੱਛਾ ਤੇ ਜ਼ਿੰਕ ਜਿਹੜਾ ਵਾ ਉਹ ਜ਼ਮੀਨ 'ਚ ਪਾਉਣਾ ਕਦੋਂ ਵੇਲੇ ਠੀਕ ਹੈ ਤੇ ਉਹਦੀ ਸਪਰੇਅ ਵੀ ਕਰ ਸਕਦੇ ਆ ਪਰ ਲੋਹੇ ਦੀ ਕੱਲੇ ਦੀ ਸਪਰੇਅ ਕਰਨੀ ਜ਼ਮੀਨ 'ਚ ਨਹੀਂ ਪਾਉਣਾ ਨਹੀਂ ਪਾਉਣਾ ਇਹ ਛੋਟੇ ਛੋਟੇ ਗੱਲਾਂ ਵਾਂ ਜੇ ਮਾਹਰਾਂ ਦੇ ਨਾਲ ਕਿਸਾਨ ਜਿਹੜੇ ਜੁੜਨਗੇ ਖੇਤੀਬਾੜੀ ਦਫ਼ਤਰਾਂ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਤਾਂ ਇਹ ਛੋਟੇ-ਛੋਟੇ ਸਮੱਸਿਆਵਾਂ ਜਿਹੜੀਆਂ ਤੰਗ ਨਹੀਂ ਕਰਨਗੀਆਂ ਤੰਗ ਨਹੀਂ ਕਰਨਗੀਆਂ ਫਸਲ ਦਾ ਭਰਪੂਰ ਝਾੜ ਮਿਲੇਗਾ ਔਰ ਮੁੱਦਾ ਪਾਣੀ ਦੀ ਬਚਤ ਦਾ ਆ ਉਹਦੇ ਪਾਸੇ ਅਸੀਂ ਜਿਹੜਾ ਵਾ ਉਹ ਜ਼ਿਆਦਾ ਧਿਆਨ ਦੇ ਸਕਾਂਗੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਜਿਵੇਂ ਤੁਸੀਂ ਕਿਹਾ ਵੀ ਹੁਣ ਤੇ ਤਕਨੀਕਾਂ ਆ ਗਈਆਂ ਸਿੱਧੀ ਬਜਾਈ ਹੋ ਗਈ ਝੋਨੇ ਦੀ ਫੇਰ ਵੀ ਜਦੋਂ ਵੀ ਗੇਹੇ ਨਾਲ ਗੱਲ ਕਰੀਏ ਨਾ ਖਾਸ ਤੌਰ ਤੇ ਜਿਨ੍ਹਾਂ ਨੂੰ ਨਹੀਂ ਪਤਾ ਚੀਂ ਜਾਂਦਾ ਉਹ ਇੱਕੋ ਹੀ ਗੱਲ ਕਰਦੇ ਆ ਇਹ ਤੁਸੀਂ ਵੀ ਤੇ ਝੋਨਾ ਬੀਜ ਦਿਓ ਇਹ ਝੋਨਾ ਜਿਹੜਾ ਆ ਨਾ ਇਹ ਨਿਸ਼ਾਨੇ ਤੇ ਲੈ ਲਿਆ ਜਾਂਦਾ ਹੈ ਹੈਨਾ ਇਹ ਝੋਨੇ ਨੂੰ ਕੱਲਾ ਨਿਸ਼ਾਨਾ ਤੇ ਕਿਉਂ ਲੈ ਜਾਂਦਾ ਤਾਂ ਗੱਲ ਇਸ ਤਰ੍ਹਾਂ ਵੀ ਜੇ ਆਪਾਂ ਪਿਛਾਂ ਝਾਤ ਮਾਰੀਏ 1960 ਦੇ ਵਿੱਚ ਜੀ ਤੇ 20000 ਹੈਕਟੇਰ ਰਕਬਾ ਸੀ ਜੀ ਤੇ 9000 ਮੋਟਰਾਂ ਸੀ ਆਪਣੇ ਕੋਲ ਜੀ ਤੇ ਅੱਜ ਮੋਟਰਾਂ ਹੋ ਗਈਆਂ ਸਾਡੇ ਕੋਲ ਤਕਰੀਬਨ 15 ਲੱਖ ਵਾਓ ਤੇ ਝੋਨਾ ਹੋ ਗਿਆ ਤਕਰੀਬਨ 31 ਲੱਖ ਆਹ ਇਹ ਜਦੋਂ ਝੋਨੇਵਲ ਇੰਨਾ ਜ਼ਿਆਦਾ ਝੁਕਾਵਾ ਇਹ ਠੀਕ ਹੈ ਕਿ ਉਸ ਸਮੇਂ ਦੀ ਲੋੜ ਸੀ ਜੀ ਠੀਕ ਹੈ ਜੀ ਆਪਾਂ ਲੋਕਾਂ ਨੂੰ ਰੋਟੀ ਵੀ ਪੰਜਾਬ ਜਿਹੜਾ ਦਿੰਦਾ ਸਾਰੀ ਦੁਨੀਆ ਪੂਰੇ ਮੁਲਕ ਦਾ ਢਿੱਡ ਭਰਨਾ ਸੀ ਉਹ ਸੋ ਉਹ ਕਿਸਾਨਾਂ ਨੇ ਬੜੀ ਮਿਹਨਤ ਕੀਤੀ ਉਸ ਸਮੇਂ ਦੀ ਲੋੜ ਨੂੰ ਪੂਰਾ ਕੀਤਾ ਪਰੰਤੂ ਇਸ ਦੇ ਨਾਲ ਸਾਡਾ ਜਿਹੜਾ ਨਾ ਕੋਈ ਕੁਦਰਤੀ ਸੋਮਾ ਜਿਹੜਾ ਵਾ ਉਹਦੀ ਜਿਹੜੀ ਦੁਰਵਰਤੋਂ ਹੋਈ ਬਹੁਤ ਹੋਈ ਬਹੁਤ ਹੋਈ ਸੋ ਉਸ ਦੁਰਵਰਤੋਂ ਕਰਕੇ ਜਿਹੜਾ 1 ਕਿਲੋ ਚੌਲ ਪੈਦਾ ਕਰਨ ਵਾਸਤੇ ਤਕਰੀਬਨ 4000 ਜਿਹੜਾ ਲੀਟਰ ਜਿਹੜਾ ਪਾਣੀ ਲਾ ਜਿਹੜਾ ਉਹ ਲੱਗਦਾ ਆ ਡਾਕਟਰ ਗੱਲਬਾਤ ਆਪਾਂ ਜਾਰੀ ਰੱਖਾਂਗੇ ਇੱਕ ਟੈਲੀਫੋਨ ਆ ਗਿਆ ਸੱਜਣਾ ਦਾ ਇਹ ਸੁਣ ਲਈਏ ਜੀ ਪਹਿਲੇ ਹੈਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਮੋਰ ਕੋਲ ਰਹਿੰਦੇ ਬਟਿੰਡੇ ਤੋਂ ਹਾਂ ਜੀ ਬਹੁਤ ਵਧੀਆ ਸਲਵਾਨ ਜੀ ਅੱਛਾ ਜੀ ਤੁਹਾਡੇ ਲੋਕ ਝੋਕ ਆ 200 ਕੀ ਤਾਂ ਇਹ ਮੈਨੂੰ ਬਹੁਤ ਵਧੀਆ ਲੱਗਾ ਜੀ ਅੱਛਾ ਜੇ ਬਸਿੱਦੀ ਜੀ ਅੱਜ ਗੱਲ ਕਰੀਏ ਨਾ ਜੀ ਸਰਕਾਰ ਦਾ ਥੋੜਾ ਜਿਹਾ ਪ੍ਰਮਾਣ ਵੀ ਜਿਹੜੇ ਉਹ 20 ਮਈ ਤੋਂ ਕਰ ਹਾਂ ਉਹਦੇ ਪਾਣੀ ਦੀ ਬਚਤ ਹੈਗੀ ਵੀ ਹੈ ਜੇ 20 ਮਈ ਤੋਂ ਹੋਵੇ ਤੇ ਕਿਸਾਨਾਂ ਨੇ ਥੋੜਾ ਜਿਹਾ ਮਤਲਬ ਕਿਸੇ 3-4 ਤੋਂ ਸ਼ੁਰੂ ਕਰਤੀ ਤੇ ਉਹ ਹੁਣ ਤੱਕ ਬਾਦੂ ਪਾਣੀ ਲਾ ਦਿੰਦੇ ਆ ਉਹਦੇ ਪਾਣੀ ਦੀ ਬਚਤ ਤਾਂ ਹੁੰਦੀ ਨਹੀਂ ਕਿਉਂ ਪਾਣੀ ਜਿਹੜਾ ਉਹ ਲੱਗੀ ਜਾਂਦਾ ਉਹ ਨੂੰ ਤੇ ਉਹ ਕਿਸਾਨ ਜੇ ਡਰ ਜਾਂਦੇ ਵੀ ਇਸ ਪੱਠੇ ਹੋ ਜਾਣਗੇ ਤੇ ਜੇ ਆਪ ਪਾਣੀ ਨਾ ਲਾਉਣ ਨਾ ਲਾਇਆ ਤਾਂ ਮਰ ਕੇ ਹੋ ਜਾਣਗੇ ਕਿਉਂਕਿ ਜਿਹੜਾ ਉਹ ਮਜੂਰ ਹੁੰਦਾ ਇੱਕ ਚੂਹੇ ਦਾ ਜਿਹੜਾ ਉਹ ਜੇ ਨਹੀਂ ਪਾਣੀ ਲਾਉਂਦੇ ਤਾਂ ਚੂਹਾ ਬਹੁਤ ਤੰਗ ਕਰਦਾ ਜੀ ਉਹਨਾਂ अच्छा जी ये की जरूरी है कि जब पानी ਲਈ ਪੱਠੇ ਹੋ ਜਾਣਗੇ ਵੀ ਪਾਣੀ ਲਾਉਣ ਲਈ ਜ਼ਰੂਰੀ ਆ ਜਿਹੜਾ ਸਿੱਧੀ ਜੀ ਜੀ ਡਾਕਟਰ ਬਸ ਇਹ ਛੋਟੇ ਛੋਟੇ ਗੱਲਾਂ ਜਿਹੜੀਆਂ ਵਾ ਇਹ ਸਾਨੂੰ ਤੰਗ ਕਰਦੀਆਂ ਵੇ ਹਾਂ ਹਾਂ ਕਿਉਂਕਿ ਜਿਹੜਾ ਕਿਸਾਨ ਦਾ ਸਵਾਲ ਆ ਵੀ ਪਾਣੀ ਉਹ ਇਸ ਕਰਕੇ ਲਾ ਰਿਹਾ ਵੀ ਚੂਹਾ ਨਾ ਪਵੇ ਹਾਂ ਇਹ ਠੀਕ ਆ ਵੀ ਚੂਹਾ ਵੀ ਇੱਕ ਸਮੱਸਿਆ ਵਾ ਪਰੰਤੂ ਪਾਣੀ ਜਿਹਦਾ ਲਾਉਣ ਦੇ ਨਾਲ ਕੀ ਹੈ ਵੀ ਮਾਹਰ ਤਾਂ ਕਹਿੰਦੇ ਵੀ 21 ਦਿਨ ਜਿਹੜਾ ਪਾਣੀ ਵਖਾਉਣਾ ਨਹੀਂ ਚਾਹੀਦਾ ਹਾਂ ਕੁਦਰਤ ਵਖਾਦੇ ਤੇ ਵੱਖਰੀ ਗੱਲ ਹੈ ਹਾਂ ਹਾਂ ਆ ਉਹ ਤੇ ਡੱਕ ਨਹੀਂ ਸਕਦੇ ਬਿਲਕੁਲ ਉਹ ਤਾਂ ਹੈ ਹੀ ਆ ਤੇ ਜਦੋਂ ਪਾਣੀ ਆਪਾਂ ਦਿੰਨੇ ਆ ਤੇ ਪਾਣੀ ਦੇ ਨਾਲ ਕੀ ਹੈ ਕਿ ਉਹ ਨਦੀਨਾਂ ਨੂੰ ਮੌਕਾ ਮਿਲਦਾ ਉਤਲੀ ਤਹਿ ਦੇ ਉੱਤੇ ਨਦੀਨ ਪਏ ਹੁੰਦੇ ਆ ਉਹ ਕਹਿੰਦੇ ਵੀ ਠੀਕ ਹੈ ਹੁਣ ਤੇ ਮੌਕਾ ਮਿਲ ਗਿਆ ਵਾ ਪਾਣੀ ਮਿਲ ਗਿਆ ਆਪਾਂ ਨੂੰ ਤੇ ਆਪਾਂ ਵਧੀਏ ਜੀ ਉਹ ਨਦੀਨ ਜਿਹੜੀ ਹੈ ਫਿਰ ਸਾਡੇ ਵਾਸਤੇ ਇੱਕ ਸਮੱਸਿਆ ਬਣ ਜਾਂਦੀ ਹੈ ਹਾਂ ਸਚੂਏ ਦੀ ਰੋਕਥਾਮ ਜਿਹੜਾ ਵਾ ਇਆਮ ਕਰਕੇ ਕਿਸਾਨ ਪਾਣੀ ਲਾਉਂਦੇ ਆ ਪਰੰਤੂ ਇਹ ਚੂਹੇ ਦੀ ਰੋਕਥਾਮ ਨਹੀਂ ਚੂਹੇ ਦੀ ਰੋਕਥਾਮ ਜਿਹੜੀ ਆ ਕਰਨ ਵਾਸਤੇ ਸਾਡੇ ਕੋਲ ਦਵਾਈਆਂ ਵੇ ਉਹ ਚੋਗਾ ਜਿਹੜਾ ਪਹਿਲਾਂ ਆਪਾਂ ਨੂੰ ਉਹਦਾ ਤਿਆਰ ਕਰਨਾ ਪਊਗਾ ਤੇ ਦੂਜੀ ਗੱਲ ਇਹ ਆ ਵੀ ਇਹ ਇਕੱਲਾ ਬੰਦਾ ਚੂਹਿਆਂ ਦੀ ਰੋਕਥਾਮ ਨਹੀਂ ਕਰ ਸਕਦਾ ਇਹ ਤੇ ਸਾਂਝੇ ਤੌਰ ਤੇ ਹਮਲਾ ਇਹ ਸਾਂਝੇ ਤੌਰ ਤੇ ਆ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਗੱਲ ਕਰਦੇ ਆ ਹਨਾ ਝੋਨਾ ਤੇ ਤੁਸੀਂ ਕਹਿੰਦੇ ਨਾਮ ਲਾਓ ਹਨਾ ਕਈ ਵੀ ਜਾਂਦੇ ਆ ਹੋਰ ਫਸਲਾਂ ਵੀ ਸਾਨੂੰ ਦੱਸੋ ਨਾ ਬਦਲ ਵੀ ਦਿਓ ਕੋਈ ਪੇ ਭਾਈ ਜੇ ਝੋਨਾ ਨਹੀਂ ਤਾਂ ਹੋਰ ਕੀ ਕਰੀਏ ਅਸੀਂ ਹਾਂ ਵੀ ਝੋਡੇ ਤੋਂ ਇਲਾਵਾ ਫਸਲਾਂ ਦਾ ਸਾਨੂੰ 2-4 ਇਹੀ ਉਹ ਬੀਜ ਲਈਏ ਸਾਨੂੰ ਉਨੇ ਪੈਸੇ ਸਾਡੀ ਜੇਬ ਚ ਆ ਜਾਣ ਤੇ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਆ ਵੀ ਜੇ ਕੋਈ ਫਸਲ ਹੋਰ ਮਿਲ ਜੇ ਤਾਂ ਆਪਾਂ ਝੋਨੇ ਤੋਂ ਕੀ ਲੈਣਾ ਬਿਲਕੁਲ ਸਹੀ ਗੱਲ ਆ ਚੌਲ ਤੇ ਆਪਾਂ ਖਾਂਦੇ ਹੀ ਨਹੀਂਗੇ ਨਹੀਂ ਖਾਨੀਆ ਥੋੜੇ ਖਾਨਨੇ ਆ ਅ ਮਹੀਨੇ ਚ ਕੱਦੀ ਵਾਰੀ ਹਾਂ ਸੋ ਝੋਨਾ ਕਿਉਂਕਿ ਹੌਲੀ ਹੌਲੀ ਇਹ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੂੰ ਕਿ ਝੋਨੇ ਦਾ ਬਦਲ ਦਿੱਤਾ ਜਾਵੇ ਜੀ ਜੀ ਸੋ ਜਿਸ ਸਮੇਂ ਆਪਾਂ ਝੋਨਾ ਲਾਉਨੇ ਉਥੇ ਮੱਕੀ ਹੋਰ ਫਸਲਾਂ ਜਿਵੇਂ ਕਿ ਮੱਕੀ ਆ ਮੱਕੀ ਜਿਹੜੀ ਆ ਉਹ ਲਾਈ ਜਾਵੇ ਹੋਰ ਕਿਹੜੀ ਜੀ ਤੇ ਮੱਕੀ ਜਦੋਂ ਲਾ ਸਕਦੇ ਆ ਹੋਰ ਮੂੰਗੀ ਜਿਹੜੀ ਲਾ ਸਕਦੇ ਆ ਆਪਾਂ ਸੋ ਇਹ ਜਿਹੜੇ ਮੂੰਗੀ ਮਾਹ ਜਿਹੜੀਆਂ ਦਾਲਾਂ ਵਾਲੀਆਂ ਫਸਲਾਂ ਇਹ ਲਾ ਸਕਦੇ ਆ ਸੋ ਇਹ ਕਿਸਾਨ ਜਿਹੜੇ ਇਹਨਾਂ ਨੂੰ ਬਦਲਵੀਂ ਫਸਲਾਂ ਦੇ ਰੂਪ ਦੇ ਵਿੱਚ ਵੀ ਸਾਨੂੰ ਜਿਹੜਾ ਉਹ ਲੈ ਸਕਦੇ ਆ ਮਤਲਬ ਇਹ ਆ ਤੇ ਜਪਾਲ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਬਿਮਾਰਾਂ ਦੇ ਨਾਲ ਕਦਮ ਦੇ ਨਾਲ ਕਦਮ ਜਿਹੜਾ ਨਾ ਲਿਜਾ ਕੇ ਸਾਨੂੰ ਤੁਰਨਾ ਪਏਗਾ ਬਿਲਕੁਲ ਬਿਲਕੁਲ ਹੈਨਾ ਤੇ ਬਿਲਕੁਲ ਗੱਲ ਸਹੀ ਆ ਇਹ ਅਸੀਂ ਕਰਾਂਗੇ ਵੀ ਕਰਨਾ ਪੈਣਾ ਜੇ ਅਸੀਂ ਪਾਣੀ ਦੀ ਬਚਤ ਕਰਨੀ ਆ ਆਪਣੇ ਸੂਬੇ ਨੂੰ ਸੁਰੱਖਿਅਤ ਰੱਖਣਾ ਆ ਬਿਲਕੁਲ ਇਹ ਪਾਣੀ ਦੀ ਜੇ ਗੱਲ ਕਰੀਏ ਤੇ ਫਿਰ ਜਾਂਦਾ ਸਿੱਧਾ ਧਿਆਨ ਮੌਸਮਾਂ ਉੱਤੇ ਮੌਸਮ ਹੈਨਾ ਤੇ ਮੌਸਮ ਦਾ ਵਿਭਾਗ ਸਾਨੂੰ ਪੂਰਾ ਐਂ ਹਾਲਚਲ ਭੇਜਦਾ ਆ ਤਾਪਮਾਨ ਜਿਹੜਾ ਆ ਇਹ ਜਲੰਧਰ ਰਿਆ ਜੀ ਵਾਧ ਤੋਂ ਵਾਧ 37.2 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ 23.5 ਆਹ ਗੁਰਦਾਸਪੁਰ ਚ 30 ਡਿਗਰੀ ਸੈਲਸੀਅਸ ਤੇ 22.6 ਡਿਗਰੀ ਸੈਲਸੀਅਸ ਆਹ ਚੰਡੀਗੜ੍ਹ ਚ ਰਿਹਾ ਜੀ 37.7 ਤੇ 28 ਡਿਗਰੀ ਸੈਲਸੀਅਸ ਪਟਿਆਲਾ ਚ ਵੱਤਵਤ 39.3 ਤੇ ਘੱਟ ਤੋਂ ਘੱਟ 27.8 ਹਮ ਅੰਮ੍ਰਿਤਸਰ ਚ 34.3 ਤੇ 22.9 ਤੇ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ ਜੀ ਵੱਤਵਤ 42.2 ਤੇ ਘੱਟ ਤੋਂ ਘੱਟ ਆਪਣਾ 23.8 ਠੀਕ ਹੈ ਜੀ ਤੇ ਆਮ ਤੌਰ ਤੇ ਮੌਸਮ ਬਾਰੇ ਜਿਹੜੀ ਖਬਰ ਇਹਨਾਂ ਨੇ ਕੱਲੀ ਹੋਏ ਆ ਵੀ 24 ਘੰਟੇ ਆਉਣ ਆਲੇ ਮੌਸਮ ਖੁਸ਼ਕ ਰਹਿਗਾ ਠੀਕ ਹੈ ਆ ਇਸ ਕਰਕੇ ਸਾਨੂੰ ਮੌਸਮ ਦੀ ਸਾਰੀ ਖੇਤੀਬਾੜੀ ਆ ਦੀ ਸਾਡੇ ਬਿਲਕੁਲ ਜੀ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਜਿਵੇਂ ਪ੍ਰੋਗਰਾਮ 'ਚ ਟੈਲੀਫੋਨ ਕਰਦੇ ਹੋ ਇਸ ਤਰ੍ਹਾਂ ਤੁਸੀਂ ਖੱਤ ਵੀ ਲਿਖ ਸਕਦੇ ਹੋ ਸਾਨੂੰ ਈਮੇਲ ਵੀ ਕਰ ਸਕਦੇ ਹੋ ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਫਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਥੋੜਾ ਜਿਹਾ ਧਿਆਨ ਰੱਖੋ ਕੋਵਿਡ ਜਿਹੜਾ ਹੈ ਕਾਫੀ ਹੱਦ ਤੱਕ ਚਲੇ ਗਿਆ ਪਰ ਪੂਰੀ ਤਰ੍ਹਾਂ ਨਹੀਂ ਇਸ ਕਰਕੇ احتیاط ਜਿਹੜੀ ਹੈ ਉਹ ਵਰਤਨ ਦੀ ਸਾਨੂੰ ਲੋੜ ਹੈ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਉਹ ਵੈਕਸੀਨ ਲਵਾ ਲਓ ਜਿਨ੍ਹਾਂ ਨੇ ਦੋ ਲਵਾ ਲਈਆਂ ਉਹ ਆਪਣਾ ਬੂਸਟਰ ਡੋਜ਼ ਵੀ ਲਵਾ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ